ਲੁੱਟ ਦੇ ਬਾਅਦ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਲੜਕੀ ਦੇ ਘਰ 'ਚ ਉਸਦੀ ਨਗਨ ਲਾਸ਼ ਬਰਾਮਦ ਹੋਈ। ਮਾਮਲਾ ਮਜੀਠਾ ਰੋਡ ਖੇਤਰ ਦਾ ਹੈ ਜਿੱਥੇ 25 ਸਾਲਾਂ ਦੀ ਲੜਕੀ ਅਲਕਾ ਘਰ 'ਚ ਇਕੱਲੀ ਸੀ ਜਦੋਂ ਲੁਟੇਰਿਆਂ ਨੇ ਇਸ ਲੁੱਟਪਾਟ ਨੂੰ ਅੰਜਾਮ ਦਿੱਤਾ। ਪੁਲਿਸ ਮੁਤਾਬਿਕ ਅਲਕਾ ਨੂੰ ਮਾਰਨ ਸਮੇਂ ਉਸਦੇ ਗੁਪਤ ਅੰਗਾਂ ਤੇ ਕਿਰਪਾਨਾਂ ਤੱਕ ਮਾਰੀਆਂ ਗਈਆਂ ਤੇ ਮੂੰਹ 'ਚ ਬਿਜਲੀ ਦੇ ਕਰੰਟ ਦੀਆਂ ਤਾਰਾਂ ਛੱਡੀਆਂ ਗਈਆਂ। ਪਰ ਇਹ ਲੁਟੇਰੇ ਸੀ ਕੌਣ? ਕਿਉਂਕਿ ਪਰਿਵਾਰ ਨੂੰ ਕਿਸੇ ਉੱਪਰ ਵੀ ਸ਼ੱਕ ਨਹੀਂ ਹੈ, ਫਿਰ ਵੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।